ਹਾਂਜੀ ਮਿੱਤਰੋ, ਕੀ ਹਾਲ ਨੇ? ਸਵਾਗਤ ਆ ਤੁਹਾਡਾ ਆਪਣੇ ਚੈਨਲ ਪੰਜਾਬੀ ਫਾਰਮਰ ਦੇ ਉੱਤੇ। ਅਤੇ ਅੱਜ ਅਸੀਂ ਚੱਲੇ ਹਾਂ ਬਾਈ ਕੈਬਨ ਵਾਲੇ ਕੋਲ, ਉਹਨਾਂ ਦਾ ਫੋਨ ਆਇਆ ਸੀਗਾ ਅਤੇ ਕੰਮ ਤਕਰੀਬਨ ਉਹਦਾ ਹੋ ਗਿਆ, ਕੈਬਨ ਉਹਨਾਂ ਨੇ ਉੱਪਰ ਰੱਖਤਾ। ਅਤੇ ਉਹ ਬਾਈ ਹੋਣੀ ਕਹਿੰਦੇ ਵੀ ਚਲੋ ਤੁਸੀਂ, ਹਾਂ ਚਲੋ ਦੇਖਦੇ ਆਪਾਂ ਜਾ ਕੇ। ਕੱਲ੍ਹ ਬਾਈ ਨਾਲ ਗੱਲ ਹੋਈ ਤੀ, ਉਹ ਕਹਿੰਦਾ ਵੀ ਰੱਖਤਾ ਆਪਾਂ ਨੇ ਸਮਾਨ, ਅਤੇ ਆਪਾਂ ਨੇ ਥੋੜ੍ਹੇ ਜਿਹੇ ਅੰਦਰ ਚੇਂਜ ਕਰਾਉਣੇ ਸੀਗੇ ਜਿਹੜੇ ਪੁਰਾਣੇ ਕੈਬਨ ਨੇ ਉਹਨਾਂ ਨਾਲੋਂ, ਅਤੇ ਆਪਾਂ ਨੇ ਕੱਪੜਾ ਵੀ ਸਪੈਸ਼ਲ ਲਵਾਇਆ। ਚਲੋ ਇੱਕ 70 ਮੈਟ ਵਾਲਾ ਕੱਪੜਾ ਆਉਂਦਾ, ਉਹ ਮੈਂ ਸੋਚਿਆ ਵੀ ਚੱਲ ਐਤਕੀ ਸੀਜ਼ਨ ਲਾ ਕੇ ਅਗਲੀ ਵਾਰ ਲਵਾ ਲਵਾਂਗੇ ਆਪਾਂ, ਕਿਉਂ ਇੱਕ ਤਾਂ ਟਾਈਮ ਥੋੜ੍ਹਾ ਏ ਅਤੇ ਜੀਰੀ ਵੀ ਪੱਕ ਚੱਲੀ ਆ। ਅਤੇ ਆਪਾਂ ਨੇ ਅੱਜ ਬਾਈ ਨੂੰ ਇੱਕ ਤਾਂ ਸਕਰੀਨ ਅਤੇ ਸਪੀਕਰ ਅਤੇ ਉੱਪਰ ਜਿਹੜੀ ਲਾਈਟ ਗੱਡੀ ਗੁੱਡੀ ਵਾਲੀ ਲਾਉਣੀ ਹੈ, ਜਿੰਨੀਆਂ ਵੀ ਜਿਹੜੀਆਂ ਵੀ ਲਾਈਟਾਂ ਆਪਾਂ ਨੇ ਲਵਾਉਣੀਆਂ ਨੇ, ਕਿਉਂ ਤਾਂ ਬਾਈ ਆਪ ਏ ਲਾਉਣ ਦਾ, ਸਪੀਕਰ ਵੀ ਪਾਇਨੀਅਰ ਦੇ ਲਾਉਣ ਦਾ। ਅਤੇ ਆਪਾਂ ਨੇ ਇੱਕ ਟਰੈਕਟਰ ਦੇ ਸਪੀਕਰ ਲੱਗੇ ਹੋਏ ਦੇਖੇ ਅਤੇ ਇਨਫਿਨਿਟੀ ਦੇ, ਹੈ ਨਾ, ਗੋਲ ਸਪੀਕਰ, ਉਹਨਾਂ ਦੀ ਬੇਸ ਬਹੁਤ ਸੋਹਣੀ ਲੱਗੀ ਸਾਨੂੰ। ਪਹਿਲਾਂ ਸਾਡੀ ਸਲਾਹ ਦੀ ਵੀ ਚੱਲ ਪਾਇਨੀਅਰ ਦੇ ਸਪੀਕਰ ਲਵਾ ਕੇ ਆਪਾਂ ਟਿਊਬ ਧਰਾ ਲਾਂਗੇ, ਪਰ ਫਿਰ ਉਹ ਬਾਈ ਕਹਿੰਦਾ ਕਾਹਨੂੰ ਇੰਨਾ ਤੁਸੀਂ ਨੇ ਉਹ ਕਰਨਾ, ਵੀ ਇਕੱਲੇ ਜਣੇ ਨੇ ਤਾਂ ਸੁਣਨੀ ਹੁੰਦੀ ਆ। ਚੱਲ ਜਿਹੜਾ ਹੁਣ ਆਪਣੇ ਦੂਏ ਟਰੈਕਟਰਾਂ ਦੇ ਤਾਂ ਚਲੋ ਵੱਡੇ ਲੱਗੇ ਵੀ ਹੁੰਦੇ ਨੇ, ਕਿਉਂ ਬਈ ਮਤਲਬ ਵਿੱਚੇ ਬੰਦੇ ਨੂੰ ਥੋੜ੍ਹਾ ਜਿਹਾ ਸਕੂਨ ਜਿਹਾ ਹੋਣਾ ਚਾਹੀਦਾ, ਵੀ ਵਧੀਆ ਡੈੱਕ ਹੋਵੇ, ਬੰਦਾ, ਹਾਂ ਬੰਦਾ ਬਹੁਤੀ ਬਾਜ ਕਰਕੇ ਵੀ ਨਹੀਂ ਸੁਣ ਸਕਦਾ। ਅਤੇ ਉਹਦੇ ਕਰਕੇ ਆਪਾਂ ਜਿਹੜੇ ਸਪੀਕਰ ਲਾਉਣੇ ਨੇ ਆਪਾਂ ਵਧੀਆ ਕੁਆਲਿਟੀ ਦੇ ਲਾਵਾਂਗੇ, ਦੇਖਦੇ ਇੱਥੋਂ ਮਰਿੰਡੇ ਤੋਂ ਕਿਹੜੇ ਮਿਲਦੇ ਨੇ ਆਪਾਂ ਨੂੰ। ਅਤੇ ਇੱਕ ਸਕਰੀਨ ਅਤੇ ਕੈਮਰਾ ਆਪਾਂ ਵਧੀਆ ਦੇਖ ਕੇ ਲਵਾਉਣਾ, ਜਿਹੜਾ ਵੀ ਮਤਲਬ, ਹਾਂ ਪਾਇਨੀਅਰ ਦਾ ਹੀ ਕਹਿੰਦੇ ਨੇ ਮੁੰਡੇ, ਕਹਿੰਦੇ ਵੀ ਪਾਇਨੀਅਰ ਦਾ ਹੀ ਲਵਾਉਣਾ। ਅਤੇ ਉਹ ਸਮਾਨ ਅੱਜ ਬਾਈ ਨੂੰ ਆਪਾਂ ਨੇ ਦੇ ਕੇ ਆਉਣਾ, ਅਤੇ ਬਾਕੀ ਥੋੜ੍ਹੀ ਜਿਹੀ ਪੇਮੈਂਟ ਵੀ ਬਾਈ ਨੂੰ ਕਰਕੇ ਆਉਣੀ ਹੈ, ਉਹ ਕਹਿੰਦਾ ਵੀ ਚਲੋ ਹੁਣ ਸਮਾਨ ਸਮੂਨ ਆਉਣਾ ਹੈ। ਅਤੇ ਬਾਕੀ ਆਪਣਾ ਕੈਬਨ ਬਾਈ ਨਾਲ, ਵਿੱਚ ਬਾਈਆਂ ਦੇ ਬਹੁਤ ਦੇ ਕਮੈਂਟ ਆਏ ਸੀਗੇ ਬਈ ਬਾਈ ਟਾਈਮ ਨਹੀਂ, ਬਾਈ ਟਾਈਮ ਲਾਉਣ ਦਾ, ਬਾਈ ਐਂ ਕਰਨ ਦਾ। ਵੀਰੋ ਅਸੀਂ ਜਿੱਦਾਂ ਦਾ ਟਰੈਕਟਰ ਖੜਾਇਆ ਸਾਡਾ, ਅੱਜ ਚੌਥਾ ਗੇੜਾ, ਅੱਜ ਅਸੀਂ ਚੌਥੀ ਵਾਰ ਚੱਲਿਆ ਸੀ, ਮਤਲਬ ਪੰਜ ਕੁ ਨਹੀਂ 5 ਕੁ ਦਿਨ ਬਾਅਦ ਅਸੀਂ ਤਕਰੀਬਨ ਗੇੜਾ ਲਾਉਣੇ ਹੀ ਲਾਉਣੇ ਆ, ਕਿਉਂ ਹੁਣ ਜਦੋਂ ਇਹਦਾ ਇੱਕ, ਚਲੋ ਬਾਈਆਂ ਨੇ ਆਪਣਾ ਜਿਵੇਂ ਮਰਜ਼ੀ ਲਾ ਲਓ, ਬਾਈ ਕੋਲ 7-8 ਮਹੀਨੇ ਦੀ ਬੁਕਿੰਗ ਹੈਗੀ ਤੀ ਹੁਣ, ਕਿਉਂ ਜਿੱਦਾਂ ਅਸੀਂ ਮਤਲਬ ਟਰੈਕਟਰ ਦੀ ਬੁਕਿੰਗ ਕਰਨ ਗਏ ਹਾਂ ਵੀ ਸਾਈ ਦੇਣ ਗਏ ਆਪਾਂ, ਵੀ ਆਪਾਂ ਨੇ ਕੈਮਾ ਲਵਾਉਣਾ, ਉੱਦਣ ਉਹਦੇ ਕੋਲ 4 ਟਰੈਕਟਰ ਦਾ ਲੱਗੇ ਹੋਏ ਸੀ ਵਰਕਸ਼ਾਪ, 4 ਉਹਦੇ ਘਰੇ ਖੜ੍ਹੇ ਸੀਗੇ 8, ਅਤੇ 4 ਟਰੈਕਟਰਾਂ ਦੀ ਬੁਕਿੰਗ ਹੋਰ ਹੋਈ ਵੀ ਤੀ ਕਾਪੀ ਦੇ ਉੱਪਰ ਜਿਹੜੀ ਆਪਾਂ ਨੇ ਆਪ ਦੇਖੀ ਆ, 12-13 ਟਰੈਕਟਰਾਂ ਦੀ ਬੁਕਿੰਗ ਤੀ ਜਿਹਨਾਂ 'ਤੇ ਉਹਨੇ ਕੈਮਨ ਲਾਉਣਾ ਸੀਗਾ, ਅਤੇ 15 ਆਪਾਂ ਨੂੰ 15 ਦਿਨ ਦਾ ਟਾਈਮ ਦਿੱਤਾ ਸੀਗਾ। ਆਪਾਂ 15 ਦਿਨ ਬਾਅਦ ਚਲੋ ਅਸੀਂ ਥੋੜ੍ਹੀ ਜਿਹੀ ਕਾਹਲੀ ਕਰਕੇ ਟਰੈਕਟਰ ਛੱਡਿਆ ਏ, ਉਹ ਤਾਂ ਹਜੇ ਕਹਿੰਦਾ ਸੀਗਾ ਵੀ ਚਲੋ 10 ਤਰੀਕ ਤੱਕ ਟਰੈਕਟਰ ਛੱਡਿਓ, ਪਿਛਲੇ ਮਹੀਨੇ ਦੀ ਆਪਾਂ 1 ਜਾਂ 2 ਤਰੀਕ ਨੂੰ ਟਰੈਕਟਰ ਖੜਾ ਗਏ ਸੀਗੇ 6 ਨੂੰ, ਅਤੇ ਉਹਨੇ ਕਿਹਾ ਸੀਗਾ ਵੀ ਚੱਲ 1 ਮਹੀਨੇ ਬਾਅਦ ਮੈਂ ਤੁਹਾਨੂੰ ਟਰੈਕਟਰ ਦੇ ਦੂੰਗਾ, ਕੋਈ ਪੱਕੀ ਆਪਾਂ ਨੇ ਡੇਟ ਕੋਈ ਉਹ ਕਰਿਆ ਨਹੀਂ ਸੀ, ਕਿਉਂ ਚਲੋ ਘਰੇ ਵੀ ਟਰੈਕਟਰ ਨੇ ਖੜ੍ਹਨਾ ਹੀ ਸੀ, ਹਜੇ ਕਿਹੜਾ ਕੋਈ ਐਡਾ ਕੰਮ ਕਰਦੀ, ਟਰੈਕਟਰ ਦੂਜੇ ਹੈਗੇ ਨੇ। ਅਤੇ ਹੁਣ ਮੰਨ ਕੇ ਚਲੋ ਕੈਬਨ ਦਾ ਕੰਮ, ਕਿਉਂ ਉਹਨਾਂ ਦਾ ਵੀ ਯਾਰ ਜਿਹੜੇ ਬੰਦੇ ਹੁੰਦੇ ਨੇ, ਕਿਉਂ ਹੁਣ ਇਕੱਲਾ ਇਹ ਬੰਦੇ ਦੇ ਨਹੀਂ ਨਾ ਬਾਹਰ ਦੀ ਗੱਲ ਹੁੰਦੀ, ਇਹ ਪੇਂਟਰ ਨੇ ਆਪਣਾ ਕੰਮ ਕਰਨਾ, ਬਾਈ ਨੇ ਤਾਂ ਆਪਣਾ ਇੱਕ ਬਣਾ ਲੈਣਾ ਫਿਟਿੰਗ ਉਹਨੇ, ਹਾਂ ਤੇ ਪੇਂਟਰ ਨੇ ਪੇਂਟ ਤਾਂ ਪੇਂਟਰ ਨਹੀਂ ਕਰਨਾ, ਉਹ ਹੁਣ ਪੇਂਟਰ ਥੋੜ੍ਹਾ ਜਿਹਾ ਉਹਨਾਂ ਦਾ ਹੋਰ ਟਾਈਪ ਦਾ, ਦਾਰੂ ਦੂਰੂ ਜ਼ਿਆਦਾ ਪੀਲਾਂ ਦਾ, ਉਹ ਬਾਈ ਕਹਿੰਦਾ ਕਦੇ ਆ ਜਾਂਦਾ ਕਦੇ ਨਹੀਂ ਆਉਂਦਾ, ਕੰਮ ਸੋਹਣਾ ਕਰਦਾ ਮੁੰਡਾ, ਰੱਖਣ ਨੂੰ ਤਾਂ ਬਾਈ ਹੋਰ ਵੀ ਰੱਖ ਲਵੇ ਪਰ ਉਹ ਬਾਈ ਮੁੰਡਾ ਕੰਮ ਸੋਹਣਾ ਕਰਦਾ ਏ, ਉਹਦੇ ਕਰਕੇ ਆਪਾਂ ਵੀ ਨਹੀਂ ਚਲੋ ਕੋਈ ਕਾਹਲੀ ਕੀਤੀ ਹੈਗੀ, ਕਿਉਂ ਕੰਮ ਕੋਈ ਵੀ ਆ ਜੇ ਆਪਾਂ ਨੇ ਤਸੱਲੀ ਵਾਲਾ ਕਰਾਉਣਾ ਤਾਂ ਉਹਨੂੰ ਟਾਈਮ ਤਾਂ ਲੱਗਦਾ ਹੀ ਆ। ਤਸੱਲੀ ਨਾਲ ਕਹਿਤੀ ਵੀ 4 ਦਿਨ ਮੈਂ ਪੇਂਟ ਨੂੰ ਖਾਊਂਗਾ, ਸਪੈਸ਼ਲ ਖਾਊਂਗਾ, ਕਹਿੰਦਾ 4 ਦਿਨ ਮੈਂ, 4 ਦਿਨ ਮੇਰੇ ਨੇ ਉਹਨੇ,
ਆਪਾਂ ਨੇ ਕੋਈ ਕਾਹਲੀ ਨੀ ਕੀਤੀ ਹੈਗੀ, ਆਪਾਂ ਨੂੰ ਇਹ ਸੀਗਾ ਵੀ ਆਪਣਾ ਕੰਮ ਆ ਜਿਹੜਾ ਉਹ ਇੱਕ ਨੰਬਰ ਹੋਣਾ ਚਾਹੀਦਾ। ਤੇ ਹੁਣ ਬਾਕੀ ਆਪਾਂ ਬਾਈ ਕੋਲ ਚੱਲ ਕੇ ਗਾਂ ਗੱਲਬਾਤ ਕਰਦੇ ਆ ਤੇ ਸਮਾਨ ਸਮੂਨ ਤੁਹਾਨੂੰ ਦੱਸਦੇ ਆ, ਸਮਾਨ ਵੀ ਤੁਹਾਨੂੰ ਦਿਖਾਵਾਂਗੇ ਵੀ ਕੀ ਲਿਆ ਆਪਾਂ ਨੇ, ਕੀ ਆਪਾਂ ਲਵਾਉਣਾ, ਕੀ ਹਿਸਾਬ ਆ, ਕੀ ਕਿਤਾਬ ਆ। ਵਿੱਚ ਬਹੁਤ ਬਾਈਆਂ ਨੇ ਮੈਨੂੰ ਵਹਿਮ ਵੀ ਪਾਇਆ, ਕਈ ਜਾਣਿਆਂ ਨੇ ਕਿਹਾ ਕਹਿੰਦੇ ਵੀ ਤੁਸੀਂ ਨੇ ਕੰਪਨੀ ਫਿੱਟ ਲੈਣਾ ਸੀਗਾ, ਤੁਸੀਂ ਨੇ ਕੰਪਨੀ ਫਿੱਟ ਇੱਕ ਤਾਂ ਆਉਂਦਾ ਨੀ ਹੈਗਾ। ਤੇ ਆਪਣੇ ਟਰੈਕਟਰ ਦੇ ਜੇ ਇਹ ਕਾਮਯਾਬ ਹੋਇਆ, ਕਿਉਂ ਹੁਣ ਆਪਾਂ ਤਾਂ ਦੇਖੋ ਖੇਤ 'ਚ ਚਲਾਉਣਾ, ਤੁਸੀਂ ਸਾਰੇ ਬਲੌਗ ਵੀ ਦੇਖਦੇ ਹੋ, ਆਪਾਂ ਤੁਹਾਨੂੰ ਦਿਖਾਵਾਂਗੇ ਵੀ ਜੇ ਕੋਈ ਕਮੀ ਪੇਸ਼ੀ ਹੋਈ ਆਪਾਂ ਉਹ ਕਢਾਵਾਂਗੇ ਵੀ। ਤੇ ਆਪਾਂ ਬਾਈ ਦਾ ਟਾਈ ਆਪਾਂ ਸਿੱਧਾ ਸਵਰਾਜ ਨਾਲ ਕਰਾ ਦੇਣਾ ਜੇ ਆਪਣੇ ਫਿੱਟ ਆ ਗਿਆ ਕੰਮ ਪੂਰਾ, ਠੀਕ ਆ। ਫਿਰ ਜਿਹੜਾ ਜਿਹੜੇ ਕਿਸੇ ਬਾਈ ਨੂੰ ਲੋੜ ਹੋਇਆ ਕਰੂਗੀ ਵੀ ਆਪਾਂ ਨੇ ਜਿਹੜਾ ਕੈਬਨ ਲੱਗਿਆ ਲਗਾਇਆ ਲੈਣਾ, ਉਹ ਕੈਬਨ ਲੱਗਿਆ ਲਗਾਇਆ ਮਿਲਿਆ ਕਰੂਗਾ। ਕਿਉਂ ਹੁਣ ਬਾਈ ਦੀ ਮਤਲਬ ਜਿਹੜੇ ਮਹਿੰਦਰਾ ਦੇ ਅਰਜਨ ਆਉਂਦੇ ਨੇ 655 ਜਾਂ 755, ਉਹ ਬਾਈ ਦਾ ਟਾਈ ਅਪ ਹੋਇਆ ਵਾ ਕੰਪਨੀ ਵਾਲਿਆਂ ਨਾਲ। ਕੰਪਨੀ 'ਚ ਜੇ ਕੋਈ ਬੰਦਾ ਕਹਿੰਦਾ ਵੀ ਮੈਨੂੰ ਕੈਬਨ ਲਵਾ ਕੇ ਦਿਉ ਤਾਂ ਕੰਪਨੀ ਵਾਲੀ ਕੈਬਨ ਇਹ ਬਾਈ ਤੋਂ ਹੀ ਲਵਾ ਕੇ ਦਿੰਦੇ ਨੇ। ਅਤੇ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਸੀ, ਜਿਹੜਾ ਮਤਲਬ ਗੋਲਡ ਸਟਾਰ ਵਾਲਾ ਹਰੇਕ ਬੰਦਾ ਕਹਿੰਦਾ ਵੀ ਗੋਲਡ ਸਟਾਰ ਵਾਲੇ ਕੈਬਨ ਲਾਉਂਦੇ ਨੇ, ਵੀਰੋ ਕਾਪੀ ਆ ਜਿਹੜੀ ਉਹ ਇਹੀ ਬਾਈ ਦੀ ਹੋਈ ਵੀ ਹੈ। ਇਹੀ ਬਾਈ ਨੇ ਸਮਾਣੇ ਟਰੈਕਟਰ ਭੇਜਿਆ ਸੀਗਾ, ਜੌਂਡੀਅਰ 'ਤੇ ਕੈਬਨ ਲਾ ਕੇ ਭੇਜਿਆ ਸੀਗਾ। ਹੁਣ ਯਾਰ ਯੂਪੀ ਗੁਜਰਾਤ ਮਹਾਰਾਸ਼ਟਰ ਤੋਂ ਟਰੈਕਟਰ ਛੋਟੇ ਵੀ ਤਿਆਰ ਹੋ ਕੇ ਗਏ ਨੇ, ਜਿਹੜੇ ਕੈਨੇਡਾ ਅਮਰੀਕਾ ਟਰੈਕਟਰ ਚਲੇ ਗਏ ਨੇ। ਅਤੇ ਕਦੇ ਵੀ ਅਸੀਂ ਸਾਰੇ ਬੰਦਿਆਂ ਨਾਲ ਗੱਲਬਾਤ ਕਰੀਏ, ਕਹਿੰਦੇ ਕੋਈ ਦਿੱਕਤ ਨਹੀਂ ਆਈ, ਕੋਈ ਪਰੇਸ਼ਾਨੀ ਨਹੀਂ ਹੈਗੀ। ਪਤਾ ਕੀ ਆ, ਆਪਣੇ ਲੋਕ ਨੇ ਜਿਹੜੇ ਉਹ ਸਮਝਦੇ ਨਹੀਂ ਹੈਗੇ ਇੱਕ ਗੱਲ ਨੂੰ। ਗੱਲ ਕੀ ਹੁੰਦੀ ਆ ਵੀ ਆਪਾਂ ਇੰਨੇ ਪੈਸੇ ਲਾ ਦਾਨੇ ਆ, ਆਪਾਂ ਕੁੱਲ 5-7-10 ਹਜ਼ਾਰ ਰੁਪਈਏ ਪਿੱਛੇ ਸਰਫਾ ਕਰ ਦਾਨੇ ਆ ਵੀ ਯਾਰ ਰਹਿਣ ਦੇ ਇਹ ਚੀਜ਼ ਦੀ ਕੀ ਲੋੜ ਆ। ਉਹਦੇ ਵਿੱਚ ਜਿਹੜੀ ਡੰਪਿੰਗ ਸ਼ੀਟ ਹੁੰਦੀ ਆ, ਇਹ ਬਾਈ ਤਾਂ ਹੁਣ ਲਾਉਂਦਾ ਨਹੀਂ ਹੈਗਾ, ਇਹਦਾ ਆਪਣਾ ਇਕੱਲਾ ਉਹਦਾ ਠੇਕਾ ਕਰ ਲਾਂਦਾ ਵੀ ਭਾਈ ਇੰਨੇ 'ਚ ਮੈਂ ਤੁਹਾਨੂੰ ਕੈਬਨ ਲਾ ਦੂੰਗਾ। ਪਰ ਉਹ ਸੀਟ ਦੀ ਜਿਹੜੀ ਕੋਸਟ ਆ ਉਹ 15,000 ਰੁਪਈਆ ਇੱਕ ਕੈਬਨ 'ਤੇ ਆਉਂਦੀ ਆ। ਆਪਾਂ ਨੇ ਉਹ ਬਾਈ ਨੂੰ ਕਿਹਾ ਸੀਗਾ ਵੀ ਆਪਾਂ ਨੇ ਉਹ ਲਵਾਉਣੀ ਓ ਲਵਾਉਣੀ ਆ, ਉਹੀ ਸੀਟ ਨਾਲ ਜਿਹੜੀ ਬਾਹਰਲੀ ਆਵਾਜ਼ ਆ ਉਹਨੇ ਬੰਦ ਹੋਣਾ, ਉਹ ਬੰਦ ਹੋਊਗੀ ਅਤੇ ਟਰੈਕਟਰ ਅੰਦਰੋਂ ਗਰਮ ਨਹੀਂ ਹੋਊਗਾ। ਉਹ ਸ਼ੀਟ ਵੀ ਆਪਾਂ ਨੇ ਸਪੈਸ਼ਲ ਮੰਗਵਾ ਕੇ ਲਵਾਈ ਆ ਬਾਈ ਤੋਂ ਵੀ ਆਪਾਂ ਨੇ ਉਹੀ ਲਾਉਣੀ ਆ ਡੰਪਿੰਗ ਸ਼ੀਟ, ਉਹ ਜਿਹੜੀ ਸਿਲਵਰ ਜਾਂ ਪੇਪਰ ਆਉਂਦਾ ਇੱਕ। ਅਤੇ ਆਪਾਂ ਨੇ ਉਹ ਇਹ ਕਈ ਆਪਣੇ ਚੇਂਜ ਕਰਾਉਣ ਕਰਕੇ ਹੀ, ਅਤੇ ਹੁਣ ਇੱਕ ਆਪਾਂ ਨੇ ਜਿਹੜੀ ਕੰਪਰੈਸ਼ਰ ਫਿੱਟ ਹੋਣਾ ਸੀਗਾ ਉਹਦੀ ਆਪਾਂ ਨੇ ਜਿਹੜੀ ਸੈਟਿੰਗ ਤੀ ਉਹ ਆਪਣੇ ਹਿਸਾਬ ਨਾਲ ਕਰਵਾਈ ਆ ਬਈ। ਮਤਲਬ ਨਾ ਤਾਂ ਉਹ ਦੇਖੇ ਕਿਸੇ ਨੂੰ ਵੀ ਹਾਂ ਕਿੱਥੇ ਲੱਗਿਆ ਵਾ, ਕੀ ਹਿਸਾਬ ਕਿਤਾਬ। ਹਜੇ ਗੋਲਡ ਸਟਾਰ ਵਾਲੇ ਸਮਾਨ ਮਤਲਬ ਇਹਦੇ ਸਵਰਾਜ ਦੇ ਕਾਹਤੇ ਨਹੀਂ ਲਾਉਣ ਲੱਗੇ, ਕਿਸੇ ਟਰੈਕਟਰ ਤੇ ਲੱਗੇ ਹੀ ਨਹੀਂ ਹੈਗਾ। ਉਹਨਾਂ ਨੂੰ ਹਜੇ ਕੰਪਰੈਸ਼ਰ ਦਾ ਹਿਸਾਬ ਨਹੀਂ ਆਇਆ ਵੀ ਕੰਪਰੈਸ਼ਰ ਕਿੱਥੇ ਲਾਉਣ ਨੂੰ, ਐਡੀ ਬੜੀ ਫਰਮ ਆ ਉਹ ਕਿਤੇ ਲਾ ਨਹੀਂ ਸਕਦੇ ਹੈਗੇ। ਗੋਲਡ ਸਟਾਰ ਵਾਲਾ ਟਰੈਕਟਰ ਇੱਥੇ ਖੜਾ ਹੈ, ਬੇਟ ਹਾਂ ਬੇਟ ਉੱਥੋਂ ਲੱਗੇ ਨੇ ਤੇ ਕੈਬਨ ਉਰੇ ਲਵਾਉਣਾ ਹੈ। ਤੇ ਵੀਰੋ ਪੈਸਿਆਂ ਦਾ ਵੀ ਬਹੁਤ ਡਿਫਰੈਂਸ ਆ ਕਿ ਹੁਣ ਆਪਣਾ ਸਾਰੇ ਬੰਦਿਆਂ ਨੂੰ ਐਂ ਹੁੰਦਾ ਵੀ ਆਪਾਂ ਆਪਣੇ ਮਨ ਦੀ ਰੀਝ ਪੂਰੀ ਕਰੀਏ। ਯਾਰ ਬੰਦਾ ਗੋਲਡ ਸਟਾਰ ਉੱਥੋਂ ਛੱਡ ਕੇ ਉਰੇ ਆਇਆ ਹਨਾ, ਕੋਈ ਗੱਲ ਹੋਣੀ ਹੈ। ਉਹੀ ਗੱਲ ਆ ਵੀ ਮਤਲਬ ਆਪਾਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਹੈਗੇ, ਆਪਾਂ ਇਹ ਨਹੀਂ ਕਹਿੰਦੇ ਹੈਗੇ ਗੋਲਡ ਸਟਾਰ ਜਿਹੜੇ ਗੋਲਡ ਸਟਾਰ ਵਾਲੇ ਨੇ ਵੀ ਉਹ ਕੈਬਨ ਮਾੜਾ ਲਾਉਂਦੇ, ਨਹੀਂ ਕੈਬਨ ਬਹੁਤ ਸੋਹਣੇ ਨੇ ਉਹਨਾਂ ਦੇ ਵੀ, ਜੇ ਉਹ ਲਾਉਂਦੇ ਹੁੰਦੇ ਤਾਂ ਆਪਾਂ ਵੀ ਲਵਾਉਂਦੇ, ਉਹ ਨਹੀਂ ਕੋਈ ਦਿੱਕਤ ਵਾਲੀ ਗੱਲ ਹੈਗੀ। ਕਿਉਂ ਉਹਨਾਂ ਨੇ ਮਤਲਬ ਟਾਈਮ ਵੀ ਘੱਟ ਲਾਉਂਦੇ ਨੇ, ਉਹਨਾਂ ਕੋਲ ਉਹੋ ਜਿਹਾ ਸਿਸਟਮ ਤਿਆਰ ਹੋ ਗਿਆ। ਕਿਉਂ ਹੁਣ ਜਿਹੜੇ ਬੜੇ ਬੰਦੇ ਹੁੰਦੇ ਨੇ, ਬੜੀਆਂ ਕੰਪਨੀਆਂ ਹੁੰਦੀਆਂ ਨੇ, ਉਹਨਾਂ ਕੋਲ ਉਹੋ ਜਿਹਾ ਹਿਸਾਬ ਕਿਤਾਬ ਹੁੰਦਾ। ਅਤੇ ਹੁਣ ਆਪਾਂ ਮਤਲਬ ਅਸੀਂ ਚਲੋ ਪਹੁੰਚਣ ਵਾਲੇ ਹੀ ਹਾਂ ਗਾਹਾਂ ਸੜਕ, ਉਰੋਂ ਕਿੱਥੋਂ ਤਾਂ ਮੋੜਨੀ ਆ। ਅਤੇ
ਜਿਹੜੇ ਵੀ ਮਤਲਬ ਮਿਸਤਰੀ ਬਾਈ ਕੰਮ ਕਰਦੇ ਹੁੰਦੇ ਨੇ, ਕੰਮ ਕੋਈ ਵੀ ਨੀ ਮਾੜਾ ਕਰਦਾ ਹੁੰਦਾ, ਠੀਕ ਆ, ਸਾਰੇ ਆਪਣੀ ਆਪਣੀ ਜਗ੍ਹਾ ਸਹੀ ਹੁੰਦੇ ਨੇ। ਪਰ ਇੱਕ ਗੱਲ ਆਪਾਂ ਨੂੰ ਆਪਦੇ ਹਿਸਾਬ ਘੱਟੋ ਘੱਟ ਬਾਈ ਕਹਿੰਦਾ ਮੈਨੂੰ 20 ਸਾਲ ਹੋ ਗਏ ਇਹੀ ਕੰਮ ਕਰਦੇ ਨੂੰ, ਕੈਬਨਾਂ ਚ ਪਏ ਨੂੰ। ਆਪਦੇ ਮਤਲਬ ਐਕਸਪੈਰੀਮੈਂਟ ਕਰਕੇ ਬੰਦਾ ਤੁਹਾਨੂੰ ਪਤਾ ਕਾਮਯਾਬ ਹੁੰਦਾ, ਕਿਉਂ ਆਪਾਂ ਵੀ ਕਿਹੜਾ ਕੋਈ ਵੀ ਕਹਿੰਦੇ ਹੁੰਦੇ ਨੇ ਵੀ ਮਾਂ ਦੇ ਢਿੱਡੋਂ ਦਾ ਕੋਈ ਵੀ ਨਹੀਂ ਸਿੱਖ ਕੇ ਉਹ, ਜਾਂ ਬੰਦੇ ਨੂੰ ਐਕਸਪੀਰੀਅੰਸ ਹੋ ਜਾਂਦਾ ਨਾ, ਫਿਰ ਇਹ ਬੰਦਾ ਉਹ ਕੰਮ 'ਚ ਮਾਹਰ ਹੋ ਜਾਂਦਾ ਪੂਰਾ ਐਨ। ਅਤੇ ਹੁਣ ਚਲੋ ਆਪਾਂ ਚਲਾਕੀ ਪਿੰਡ ਦੀ ਸੜਕ 'ਤੇ ਪਹੁੰਚ ਗਏ, ਤੁਹਾਨੂੰ ਦਿਖਾ ਜਾ ਕੇ ਦਿਖਾਉਂਦੇ ਹਾਂ ਵੀ ਆਪਾਂ ਨੂੰ ਕਿੰਨਾ ਕੁ ਕੰਮ ਹੋਇਆ, ਅਤੇ ਸਾਰੇ ਵੀਰਾਂ ਨੂੰ ਦੱਸਦੇ ਹਾਂ ਇਹ ਹਫ਼ਤੇ ਦੇ ਵਿੱਚ ਵਿੱਚ ਆਪਣਾ ਟਰੈਕਟਰ ਆਪਾਂ ਨੂੰ ਮਿਲ ਜਾਣਾ, ਸ਼ਨੀਵਾਰ ਜਾਂ ਐਤਵਾਰ ਤੱਕ, ਕਿਉਂ ਆਪਣਾ ਤਕਰੀਬਨ 20 ਕੁ ਤੋਂ ਜੀਰੀ ਦਾ ਕੰਮ ਸਟਾਰਟ ਹੋਣਾ, ਅਤੇ ਆਪਾਂ ਨੇ ਇੱਕ ਟੈਂਕੀ ਵੀ ਲਵਾਉਣੀ ਸੀ। ਚਲੋ ਟੈਂਕੀ ਦਾ ਕੰਮ ਤਾਂ ਇਸ ਵਾਰ ਰਹਿ ਜੂਗਾ, ਉਹ ਅਗਲੀ ਵਾਰ ਬਾਕੀ ਦੇਖੋ, ਬਾਕੀ ਬਾਈ ਨਾਲ ਗੱਲਬਾਤ ਕਰਦੇ ਆਪਾਂ ਜਾ ਕੇ। ਆਹੋ ਚਲੋ ਬਾਕੀ ਦੇਖਦੇ ਆਪਾਂ ਜਾ ਕੇ ਤੁਹਾਨੂੰ ਦਿਖਾਉਂਦੇ ਵੀ ਕਿੰਨਾ ਕੁ ਕੰਮ ਹੋਊ। ਅਤੇ ਲਓ ਜੀ ਬਾਈ ਆਪਾਂ ਪਹੁੰਚ ਗਏ ਮਰਿੰਡੇ, ਅਤੇ ਬਾਈਆਂ ਦੀ ਦੁਕਾਨ ਆ ਸਿਮਰਨ ਜੋਤ ਕਾਰ ਐਸੈਸਰੀ ਦੇ ਨਾਮ 'ਤੇ, ਅਤੇ ਸਮਾਨ ਬਾਈਆਂ ਕੋਲ ਸਾਰਾ ਮਿਲ ਜਾਂਦਾ, ਪਾਲਿਸ਼ਾਂ, ਲਾਈਟਾਂ, ਬੇਸਾਂ, ਪਲੇਅਰ ਪਲਿਓਰ ਏ ਟੂ ਜੈੱਡ, ਕਿੱਟਾਂ ਕੁੱਟਾਂ ਗੱਡੀਆਂ ਦੀਆਂ, ਸਾਰਾ ਏ ਟੂ ਜੈੱਡ ਸਮਾਨ ਪਿਆ, ਬੇਸਾਂ ਬੂਸਾਂ। ਅਤੇ ਆਹ ਬਾਈ ਜੀ ਨੇ ਇਹਨਾਂ ਨਾਲ ਕਰਿਓ ਕੰਟੈਕਟ ਜਦ ਮਰਜ਼ੀ। ਅਤੇ ਆਹ ਆਪਾਂ ਨੇ ਸਮਾਨ ਕਢਾਇਆ ਟਰੈਕਟਰ ਵਾਸਤੇ, ਆਹ ਪਲੇਅਰ ਹੈ, ਆਹ 2 ਸੋਨੀ ਦੇ ਸਪੀਕਰ ਲਏ ਨੇ, ਅਤੇ ਆਹ ਪਾਈਨੀਅਰ ਦੇ ਨੇ 2, ਅਤੇ ਆਹ ਕੈਮਰਾ। ਅਤੇ ਸਾਡੇ ਵਾਲੇ ਬੰਦੇ ਕਹਿੰਦੇ ਵੀ ਆਪਾਂ ਨੇ ਟਿਊਬ ਲਵਾਉਣੀ ਆ, ਬੇਸ ਟਿਊਬ। ਅਤੇ ਚਲੋ ਬਾਈ ਕਹਿੰਦਾ ਵੀ ਇਹਨਾਂ ਦੀ 4 ਸਪੀਕਰਾਂ ਦੀ ਵਧੀਆ ਗੱਲਬਾਤ ਬਣੋ, ਚਲੋ ਜੇ ਨਾ ਬਣੀ ਤਾਂ ਬਾਈ ਨੂੰ ਆਪਾਂ ਨੇ ਅੰਡਰ ਸੀਟ ਬੂਫਰ ਕਹਿਤਾ, ਉਹ ਮੰਗਵਾ ਦੇਣਗੇ, ਜੇ ਨਾ ਗੱਲਬਾਤ ਬਣੀ ਆਪਾਂ ਫਿਰ ਇਹ ਲਾ ਦਾਂਗੇ। ਇਹਦੀ ਵੈਸੇ ਥੋੜ੍ਹੀ ਜਿਹੀ ਪੇਟੀ ਬੜੀ ਤੀ, ਅਤੇ ਉਹ ਥੋੜ੍ਹਾ ਜਿਹਾ ਛੋਟਾ ਹੁੰਦਾ, ਕਹਿੰਦੇ ਚਲੋ ਉਹ ਲਾ ਦਾਂਗੇ ਆਪਾਂ ਸੀਟ ਦੇ ਥੱਲੇ, ਜੇ ਗੱਲ ਬਣ ਗਈ ਫਿਰ ਕੋਈ ਦਿੱਕਤ ਨਹੀਂ, ਕਿਉਂ ਕੈਬਨ 'ਚ ਕਿਹੜਾ ਐਡਾ ਸੁਣਿਆ ਜਾਂਦਾ। ਅਤੇ ਆਹ ਪਲੇਅਰ ਪਲੂਅਰ ਬਾਈਆਂ ਕੋਲ ਦੇਖੋ ਸਾਰੇ ਪਏ ਨੇ, ਐਨ ਸਾਰੀਆਂ ਕੰਪਨੀਆਂ ਦੇ ਮਿਲ ਜਾਂਦੇ ਨੇ। ਅਤੇ ਬਾਈ ਨਾਲ ਕਰਿਓ ਕੰਟੈਕਟ ਜਿਹੜੇ ਵੀ ਬਾਈ ਨੇ ਸਮਾਨ ਸਮੂਨ ਲੈਣਾ ਹੋਇਆ, ਅਤੇ ਬਾਈ ਦਾ ਰੇਟ ਵੀ ਜਾਇਜ਼ ਆ, ਅਤੇ ਸਮਾਨ ਵੀ ਓਰੀਜਨਲ ਆ। ਮੇਨ ਗੱਲ ਇਹ ਆ ਵੀ ਸਮਾਨ ਓਰੀਜਨਲ ਚਾਹੀਦਾ, ਅਤੇ ਗਰੰਟੀ ਇਹਨਾਂ ਦੀ 1 ਸਾਲ ਦੀ ਆ ਸਾਰੇ ਸਮਾਨ ਦੀ, ਉਹ ਬਾਈਆਂ ਦਾ ਵੀ ਕੋਈ ਚੱਕਰ ਨਹੀਂ ਹੈਗਾ, ਐਨ ਓਕੇ ਰਿਪੋਰਟ ਆ। ਅਤੇ ਦਿਓ ਬਾਈ ਨੂੰ ਸੇਵਾ ਦਾ ਮੌਕਾ। ਬਾਈ ਜੀ ਕੰਟੈਕਟ ਨੰਬਰ ਬੋਲ ਦਿਓ ਤੁਹਾਡਾ। 981-443-77 ਆ ਬਾਈ ਦੇ ਕਾਰਡ ਦੀ ਫੋਟੋ ਆਪਾਂ ਨਾਲ ਲਾ ਦਾਂਗੇ, ਆਹ ਕਾਰਡ ਆ। ਕੋਈ ਵੀ ਸਮਾਨ ਚਾਹੀਦਾ ਹੋਵੇ ਬਾਈ ਨੂੰ, ਕੋਈ ਵੀ ਗੱਲਬਾਤ ਕਰਨੀ ਹੋਵੇ, ਸਾਰਾ ਦੇਖੋ ਤੁਸੀਂ ਅਸੈਸਰੀ ਗੇਰਾਂ ਗੂਰਾਂ ਦੀ, ਸਾਰਾ ਮਤਲਬ ਆ ਚਾਬੀਆਂ ਦੇ ਛੱਲੇ ਛੁੱਲੇ ਸਾਰਾ ਕੁਛ ਏ ਟੂ ਜੈੱਡ ਸਮਾਨ ਮਿਲਦਾ, ਅਤੇ ਕਰਿਓ ਵਿਜ਼ਿਟ। ਅਤੇ ਲਓ ਜੀ ਮਿੱਤਰੋ ਆਪਾਂ ਪਹੁੰਚ ਗਏ ਬਾਈ ਦੀ ਵਰਕਸ਼ਾਪ 'ਤੇ, ਸਿੱਧਾ ਹੀ ਮਤਲਬ ਸੜਕ ਜਾ ਕੇ ਸਾਹਮਣੇ ਹੀ ਵਰਕਸ਼ਾਪ ਆ ਜਿਹੜੀ ਮਰਿੰਡੇ ਵਾਲਾ ਰੋਡ ਆ। ਆਹ ਦੇਖੋ JS ਵਰਕਸ, ਵਿੱਚ ਬਾਈਆਂ ਦੇ ਕਮੈਂਟ ਆਏ ਕਹਿੰਦੇ ਬਾਈ ਬਾਈ ਦੀ ਵਰਕਸ਼ਾਪ ਤੋਂ ਦੇਖ ਕੇ ਲੱਗਦਾ ਵੀ ਇਹੋ ਜਿਹੀ ਕੰਮ ਕਰ ਦਿਓ। ਵੀਰੋ ਜ਼ਰੂਰੀ ਨਹੀਂ ਹੁੰਦਾ, ਕੰਮ ਦੀ ਕਲਾ ਚਾਹੀਦੀ ਆ ਬੰਦੇ 'ਚ, ਠੀਕ ਆ ਨਾ। ਅਤੇ ਕੰਮ ਤੋਂ ਬਾਅਦ ਬੰਦੇ ਨੂੰ ਜੱਜ ਕਰਿਆ ਕਰੋ, ਪਹਿਲਾਂ ਕਿਸੇ ਨੂੰ ਨਹੀਂ ਜੱਜ ਕਰਨਾ ਚਾਹੀਦਾ। ਇਹ ਤਾਂ ਤੁਸੀਂ ਸਾਨੂੰ ਵੀ ਕਹੀ ਜਾਂਦੇ ਹੋਵੋਗੇ ਵੀ ਤੁਸੀਂ ਕੀ ਕਰਦੇ ਹੋ, ਤੁਸੀਂ ਕੀ ਧਰਦੇ ਹੋ। ਅਤੇ ਚਲੋ ਤੁਹਾਨੂੰ ਦਿਖਾਉਂਦੇ ਅੰਦਰ ਜਾ ਕੇ ਪ੍ਰੋਡਕਟ। ਲਓ ਜੀ ਬਾਬਿਓ, ਅਤੇ ਦੇਖੋ ਕਿੰਨਾ ਕੁ ਹੋ ਗਿਆ ਕੰਮ। ਉਹ ਲਾਤਾ ਜਗਾੜ ਕੰਪਰੈਸ਼ਰ ਵਾਸਤੇ,
ਪੱਤੀਆਂ ਬਣ ਗਈਆਂ, ਬਹੁਤ ਔਖਾ ਜਗਾੜ ਬਣਾਇਆ ਬਾਈ ਨੇ, ਅਤੇ ਬੈਲਟ ਬੁਲਟ ਪਾ ਕੇ ਵੀ ਜੈਨੂਅਨ ਹੀ ਲੱਗੇ ਬਸ ਕੰਮ, ਕੋਈ ਉਹ ਨਾ ਹੋਵੇ, ਅਤੇ ਬੈਟਰੀ ਵਾਲਾ ਬਕਸਾ ਥੋੜ੍ਹਾ ਜਿਹਾ ਅੱਗੇ ਆ ਗਿਆ, ਅਤੇ ਬਾਕੀ ਫਰੇਮ ਦੀ ਹੋ ਗਈ ਫਿਟਿੰਗ, ਬਸ ਹੁਣ ਪੱਕੀ ਕਰਨੀ ਰਹਿੰਦੀ ਆ, ਅਤੇ ਆਹ ਸਾਰਾ ਥੱਲੋਂ ਬੰਦ ਬੁੰਦ ਵਾਲਾ ਪ੍ਰੋਜੈਕਟ ਐਨ ਚਾਦਰਾਂ ਬਸ ਕਸਣ ਵਾਲੀਆਂ ਹੀ ਨੇ, ਬਣੀਆਂ ਪਈਆਂ ਨੇ ਸਾਰਾ ਕੁਛ, ਅਤੇ ਆਹ ਵੀ ਆਪਾਂ ਨੇ ਨਵਾਂ ਜਗਾੜ ਬਣਵਾਇਆ ਬਈ ਥੱਲੋਂ, ਊਂ ਤਾਂ ਬਾਈ ਉਹਨੇ ਇੱਥੇ ਮਗਰਾਟਾਂ ਚਲਾ ਦਿੰਦੇ ਨੇ, ਇਹਦੇ ਨਾਲ ਥੋੜ੍ਹੀ ਜਿਹੀ ਮਗਰਾਟਾਂ ਦੀ ਲਾਈਫ ਘੱਟ ਜਾਂਦੀ ਆ, ਆਪਾਂ ਇੱਥੋਂ ਚੁਕਾਵਾਂਗੇ ਇਹਨੂੰ, ਇੱਥੋਂ ਐਂ ਪੱਤੀ ਲਾ ਕੇ ਇਹਦੇ ਨਾਲ, ਇੱਥੋਂ ਜਾ ਕੇ ਪੱਤੀ ਉਹਦੇ ਨਾਲ ਲੱਗ ਜਾਣਗੇ ਜਿਹੜੇ ਇਹਨਾਂ ਦੇ ਉਹ ਪੈਂਦੇ ਨੇ ਰਬੜਾਂ, ਅਤੇ ਟਾਕੀਆਂ ਬਣ ਗਈਆਂ, ਆਹ ਸਾਰਾ ਕੁਛ ਬਾਹਰ ਬਣਿਆ ਪਿਆ, ਹੁਣ ਫਿੱਟ ਕਰਨ ਵਾਲਾ ਹੀ ਰਹਿੰਦਾ, ਅਤੇ ਆਪਾਂ ਨੇ ਸਮਾਨ ਸਮੂਨ ਸਾਰਾ ਕੁਛ ਲਿਆਂਦਾ ਇਹਦਾ, ਆਹ ਦੇਖੋ ਆਹ ਦੇਖੋ ਕਿੰਨਾ ਮਜ਼ਬੂਤ ਸਿਸਟਮ ਬਣਾਇਆ, ਬਾ ਪੌੜੀਆਂ ਪੂੜੀਆਂ ਜਾਣੀ ਸਾਰਾ ਕੁਛ ਏ ਟੂ ਜੈੱਡ ਸਮਾਨ ਤਿਆਰ ਆ, ਅਤੇ ਬਾ ਫਿੱਟ ਕਰਨ ਤੋਂ ਰਹਿੰਦਾ, ਆਹ ਦੇਖ ਲਓ ਤੁਸੀਂ ਬਸ ਆਹ ਹਫ਼ਤੇ ਦੇ ਵਿੱਚ ਵਿੱਚ ਐਨ ਕੰਪਲੀਟ ਕਰ ਦੇਣਾ ਸਿਸਟਮ, ਫਿਰ ਤੁਹਾਨੂੰ ਪਾਉਂਦੇ ਆ ਫਿਰ ਘੈਂਟ ਜਿਹਾ ਬਲੌਗ, ਅਤੇ ਬਸ ਜੁੜੇ ਰਹੋ, ਅਤੇ ਉਹ ਛੱਤਾਂ ਛੁੱਤਾਂ ਸਾਰੀਆਂ ਤਿਆਰ ਨੇ ਉੱਧਰਲੇ ਪਾਸੇ, ਅਤੇ ਆ ਸਾਰੇ ਟਰੈਕਟਰਾਂ ਦਾ ਕੰਮ ਨਾਲੋਂ ਨਾਲ ਚੱਲ ਰਿਹਾ, ਅਤੇ ਦੇਖ ਸਕਦੇ ਹੋ ਤੁਸੀਂ, ਅਤੇ ਮਗਰਾਟ ਇਹਦੇ ਹੁਣ ਆਪਾਂ ਏਜੰਸੀ 'ਚ ਲਿਜਾ ਕੇ ਲਵਾ ਦਾਂਗੇ ਜਿੱਦਣ ਟਰੈਕਟਰ ਤਿਆਰ ਹੋ ਗਿਆ। ਹਾਂਜੀ ਲਾਵਲਾ ਜੀ, ਕੀ ਕਹਿਣਾ ਚਾਹੋਗੇ ਤੁਸੀਂ? ਓਕੇ ਆ ਰਿਪੋਰਟ, ਓਕੇ ਜੈਨੂਅਨ ਫਿਟਿੰਗਾਂ ਸਾਰੀ ਬਣੀਆਂ ਜੀ। ਤੇ ਬਾਕੀ ਬਣੇ ਤੋਂ ਦੇਖਦੇ ਆ ਕੀ ਕਹਿੰਦਾ। ਹਾਂ, ਤੇ ਕਨੈਕਟ ਬਾਈ ਨਾਲ ਤੁਹਾਡਾ ਨੰਬਰ ਬਾਈ ਦਾ ਉਹ ਤੇ ਲਿਖਿਆ ਵਾ, ਤੇ ਕੰਟੈਕਟ ਕਰ ਲਿਓ, ਤੇ ਆ ਦੇਖੋ ਤੁਸੀਂ ਐਨ ਪੂਰਾ ਜਚੂਗਾ ਯਾਰ ਕੰਮ, ਆ ਬਾਕੀ ਸਾਰਾ ਤਿਆਰ ਆ ਸਿਸਟਮ, ਟਾਕੀਆਂ ਟੂਕੀਆਂ ਸ਼ੀਸ਼ੇ ਸ਼ੂਸ਼ੇ ਸਾਰਾ ਕੁਛ ਆ ਗਿਆ, ਐਨ ਏ ਟੂ ਜੈੱਡ ਸਾਰਾ ਮੈਟ ਮੂਟ, ਬਾ ਹੁਣ ਬਾਈਆਂ ਨੇ ਬਾ ਦੋ ਦਿਨ ਦੇ ਵਿੱਚ ਵਿੱਚ ਇਹਨੂੰ ਫਿੱਟ ਕਰ ਦੇਣਾ, ਸਾਰਾ ਸਿਸਟਮ ਬਣਿਆ ਪਿਆ, ਸਮਾਨ ਆਪਾਂ ਨੇ ਪਲੇਅਰ ਪਲਿਓਰ ਲਿਆ ਤੇ ਅੱਜ ਇਹਨਾਂ ਨੂੰ, ਅਤੇ ਚਲੋ ਠੀਕ ਹੈ ਮਿੱਤਰੋ, ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ, ਲੱਗਦਾ ਵੀ ਤੁਹਾਨੂੰ ਅਗਲਾ ਬਲੌਗ ਇਹਦਾ ਹੀ ਦਿਖਾਵਾਂਗੇ ਆਪਾਂ, ਟਰੈਕਟਰ ਤਿਆਰ ਹੋਏ ਫਿਰ।